ਪਿਆਰ ਬਾੜੀਆ ਵੱਲੀ ਜੀ ਚੀਜ਼ ਹੈ ਰਾਂਝੇ ਨੂੰ ਜੋਗੀ ਬਣਾਤਾ ਬੁੱਲੇ ਸ਼ਾਹ ਨੂੰ ਰਾਹਾਂ 'ਚ ਨੱਚਣ ਲਾਦਾ ਪਰ ਆ ਬੰਦੇ ਦੀ ਕਹਾਣੀ ਥੋੜੀ ਅੱਟ ਹੈ ਇਹਨੂੰ ਪਿਆਰ ਤਾਂ ਹੋਇਆ ਪਰ ਬਿਜਲੀ ਨਾਲ ਸਰੀਰ ਦਾ 60% ਹਿੱਸਾ ਸੜ ਗਿਆ ਬਿਜਲੀ ਕਰਕੇ ਪਰ ਫਿਰ ਵੀ ਸੱਸੀ ਵਾਂਗੂ ਸਦਕ ਨਹੀਂ ਛੱਡਿਆ ਇਸ਼ਕ ਨਹੀਂ ਛੱਡਿਆ ਬਿਨਾ ਇਸ਼ਕ ਤੋਂ ਤਾਂ ਪੰਜਾਬ ਦੇ ਇੱਕ ਪਿੰਡ 'ਚ ਐਡੀ ਵੱਡੀ ਬਿਜਲੀ ਦੀ ਲੈਬ ਬਣਦੀ ਵੀ ਨਹੀਂ ਬਾਈ ਹੁਣ ਲੱਖਾਂ ਦੀ ਜ਼ਮੀਨ ਮੁੱਲ ਲਈ ਆ ਬਾਪੇ ਨਾਨਕ ਦਾ ਜੰਗਲ ਲਾਇਆ ਇਹ ਜੈ ਸਿੰਘ ਸਾਡੇ ਪੰਜਾਬ ਦਾ ਸਰਮਾਇਆ ਘੜੀ ਦੀ ਘੜੀ ਸਾਡਾ ਬਲੱਡ ਵੀ ਘਟ ਜੇ ਸਾਡਾ ਕੋਈ ਅੰਗ ਵੀ ਫੇਲ ਹੋ ਜੇ ਤਾਂ ਸ਼ਾਇਦ ਗੁਜ਼ਾਰਾ ਹੋ ਜੇ ਪਰ ਜੇ ਬਿਜਲੀ ਫੇਲ ਹੋ ਗਈ ਤਾਂ ਗੁਜ਼ਾਰਾ ਨਹੀਂ ਹੋਣਾ ਮੈ ਨਹੀਂ ਹੁੰਦਾ ਬਾਈ ਇਸ ਕਰਕੇ ਫਿਰ ਜਿਹੜੀ ਚੀਜ਼ ਬਿਨਾ ਗੁਜ਼ਾਰੇ ਨਹੀਂ ਹੁੰਦਾ ਫਿਰ ਉਹਨੂੰ ਕਿਉਂ ਨਾ ਜਰ ਪਿਆਰ ਨਾਲ ਟਰੀਟ ਕਰ ਲਿਆ ਜਾਂਦੇ ਹੈ। ਬਈ ਨਾ ਅੱਜ ਸਿਮਰਨ ਨੂੰ ਜਿਹੜੇ ਆਪਣੇ ਨਾਲ ਨੇ ਬਾਈ ਹੈ ਨਾ ਇਹਨਾਂ ਨੂੰ ਮੈਂ ਦੱਸੀ ਜਾਂਦਾ ਸੀ ਮੈਂ ਸੰਤੂ ਸਾਹਿਬ ਗੱਲ ਆਏ ਆ ਵੀ ਉਹ ਬੰਦਾ ਹੁਣੂ ਬਿਜਲੀ ਦੇ ਨਾਲ ਇਸ ਢੰਗ ਨਾਲ ਸਮਝਾਓ ਬੇਲੀ ਬਾਰ ਵੀ ਤੁਹਾਨੂੰ ਲੱਗੂ ਵੀ ਬੇਲੀ ਰੋਮਾਂਟਿਕ ਜੀ ਹੁੰਦੀ ਐ ਇਹ ਛਾਰਟ ਗਾਣੂ ਮਾਰਦੀ ਐ ਤਾਂ ਕੋਈ ਸ਼ੱਕ ਨਹੀਂ ਐ ਛਾਰਟ ਤਾਂ ਕੋਈ ਵੀ ਮਾਰਦਾ ਤੁਸੀਂ ਕਿਸੇ ਦਾ ਮਿਸ ਬਿਹੇਵੀਅਰ ਕਰੋਗੇ ਤਾਂ ਤੁਹਾਡੇ ਛਾਟੇ ਮਾਰੂਗਾ ਬੰਦਾ ਵੀ ਮਾਰੂ ਜਾਨਵਰ ਵੀ ਕਦੇ ਕਦੇ ਸਿੰਘਾਂ ਤੇ ਚੱਕ ਲਾਂਦਾ ਲੱਤਾਂ ਵੀ ਮਾਰਦਾ ਤੇ ਉਹ ਕਿਉਂ ਨਹੀਂ ਮਾਰਦਾ ਉਹਦਾ ਵੀ ਹੱਕ ਬਣਦਾ ਇੰਡੀਆ ਦੀ ਮੇਰੇ ਖਿਆਲ ਚ ਸਭ ਤੋਂ ਵੱਡੀ ਲੈਵ ਆ ਹਨਾ ਬਿਜਲੀ ਦੀ ਜੀ ਆਪਾਂ ਗੱਲ ਕਰ ਗਏ ਉਹਦੇ ਉਹਦੇ ਜਿਹੜੇ ਪ੍ਰਯੋਗ ਹੁੰਦੇ ਆ ਹਨਾ ਪ੍ਰਾਣੀਆਂ ਚੀਜ਼ਾਂ ਦੇ ਤੇ ਹੁਣ ਆ ਨਾਲ ਆ ਬੁੱਧੀ ਮੱਠ ਆਸੇ ਪਾਸੇ ਜੰਗਲ ਵੀਰੇ ਇੱਕ ਸਾਧ ਹੁੰਦੇ ਤੇਰੇ ਪੱਕੇ ਰਹਦੇ ਆ ਦੇਖੋ ਜੀ ਗੱਲਾਂ ਵੀ ਪਹਿਲੀ ਗੱਲ ਤੋਂ ਇਹਨੇ ਵਿਗਿਆਨੀ ਹੁੰਦੇ ਨੇ ਅਸਲ ਚ ਸਾਧ ਹੁੰਦੇ ਨੇ ਤੇ ਅਸੀਂ ਉਹਨਾਂ ਦੇ ਪੈਰੋਕਾਰ ਲੋਗ ਆ ਅਸੀਂ ਵਿਗਿਆਨੀ ਤਾਂ ਨਹੀਂ ਅਸੀਂ ਉਹਨਾਂ ਦੇ ਪੈਰੋਕਾਰ ਆ ਇਹ ਜਿਹੜਾ ਪੂਰਾ ਇਹ ਕਮਰਾ ਬਣਿਆ ਹੋਇਆ ਹੈ ਇਹ ਦਰਖਤਾਂ ਦੇ ਵਿੱਚ ਹੀ ਸਮਾਇਆ ਹੋਇਆ ਟਾਕ ਲੂ ਪੂਰਾ ਹੈ ਇਹ ਕਮਰੇ ਦੇ ਸਾਰੇ ਪਾਸੇ ਵੈਂਟ ਲੱਗੇ ਹੋਏ ਨੇ ਹੇਠਾਂ ਗਰਾਉਂਡ ਤੇ ਉੱਥੋਂ ਸਾਰੀ ਹਵਾ ਕ੍ਰੋਸਿੰਗ ਹੁੰਦੀ ਹੈ ਸਵੇਰੇ ਸਵੇਰੇ ਇੰਨੀ ਖੁਸ਼ਬੂ ਆ ਰਹੀ ਹੈ ਅੱਜ ਕੱਲ ਮਹਿੰਦੀ ਦੇ ਫੁੱਲ ਖਿੜੇ ਨੇ ਬੜੀ ਖੁਸ਼ਬੂ ਆਉਂਦੀ ਹੈ ਰਾਤ ਦੀ ਰਾਣੀ ਦੀ ਰਾਤ ਨੂੰ ਖੁਸ਼ਬੂ ਆਉਂਦੀ ਹੈ ਤੇ ਉਹ ਸਾਰਾ ਖੁਸ਼ਬੂਰ ਵਾਲੇ ਪਰ ਰਹਿੰਦਾ ਹੋਰ ਸਾਨੂੰ ਕੀ ਚਾਹੀਦਾ ਜਿਆ ਅਸੀਂ ਅਰਗਬਤੀਆਂ ਜਾਲ ਜਾਲ ਨਾ ਸਾ ਖਰਾਬ ਕਰੀ ਜਾਂਦੇ ਆ ਇੱਥੇ ਕੁਦਰਤ ਨੇ ਡਾ ਸਿਸਟਮ ਸਾਨੂੰ ਦੇ ਰੱਖਿਆ ਹੈ ਜੇ ਅਸੀਂ ਕਿਤੇ ਨਾ ਕਿਤੇ ਜਿਹੜਾ ਦੇਖੋ ਵਿਗਿਆਨ ਨੇ ਸਿੱਧੇ ਰੂਪ ਤੇ ਤਾਂ ਕਿਤੇ ਨਾ ਕਿਤੇ ਕੁਦਰਤ ਨੂੰ ਨੁਕਸਾਨ ਹੀ ਪਹੁੰਚਾਇਆ ਕਿਸੇ ਵੀ ਰੂਪ ਚ ਉਹਦੇ ਨੁਕਸਾਨ ਹੀ ਦੇ ਦਿੱਤਾ ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹੁਣੇ ਵੀ ਠੀਕ ਹੈ ਜੇ ਅਸੀਂ ਨੁਕਸਾਨ ਰੁਪਈਆ ਨੁਕਸਾਨ ਕਰ ਵੀ ਦਿੱਤਾ 10 ਵੀ ਪੈਸੇ ਜਾਂ ਜਿੰਨਾ ਹੋ ਸਕਦਾ ਉਹ ਤਾਂ ਉਹਦੀ ਪਰਪਾਈ ਕਰੀਏ ਵੀ ਕਿਤੇ ਕਿਤੇ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਅਸੀਂ ਫੈਕਟਰੀ ਦਾ ਸੋਹਣਾ ਦਫ਼ਤਰ ਬਣਾ ਲਿਆ ਏਸੀ ਲਾ ਲਿਆ ਤੇ ਪਰਦੇ ਵੀ ਭਾਰੇ ਭਾਰੇ ਲਾ ਲਏ ਤੇ ਬਿਨਾ ਕਿਸੇ ਜੁਰਮ ਤੋਂ ਅਸੀਂ ਆਪਦੇ ਆਪ ਨੂੰ ਜੇਨ ਕਰ ਲਾ ਲਿਆ। ਜਿਆ ਸੰਗ ਕੱਕੜਾਲ ਨੂੰ ਕਦੇ ਵੀ ਇੱਕ ਪੱਖ ਤੋਂ ਤਾਂ ਦੇਖਿਆ ਨਹੀਂ ਜਾ ਸਕਦਾ। ਹੁਣ ਆ ਲੱਖਾਂ ਰੁਪਏ ਦੀ ਥਾਂ ਲੈ ਕੇ ਇਹਦੇ 'ਚ ਦਰਖਤ ਲਾਤੇ। ਮਤਲਬ ਇਹ ਇਹਦੇ ਪਿੱਛੇ ਸਮਝਦਾ ਵੀ ਜਿਹੜੇ ਇਹ ਦਰਖਤ ਲੱਗੇ ਨੇ ਇਹ ਜਗ੍ਹਾ ਲੈਣ ਦੀ ਸਾਡੇ ਕੋਈ ਔਕਾਤ ਨਹੀਂ। ਇਹ ਤਾਂ ਜਿਵੇਂ ਬਾਬਾ ਨਾਨਕ ਨੇ ਕਹੇ ਤਾਂ ਮਿੱਟੀ ਐ। ਠੀਕ ਹੈ ਨਾ? ਜਿਉਂਦਿਆਂ ਨੂੰ ਹੇਠ ਹੈ ਤੇ ਮਰਿਆਂ ਦੇ ਉੱਤੇ ਹੋ ਜਾਣੀ। ਇਹ ਕਿਹਦੀ ਹੋਈ? ਇਹ ਸਾਡੀ ਨਹੀਂ ਹੋ ਸਕਦੀ ਅਸੀਂ ਇਹਦੇ ਹੋ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨਵਰੀ ਸਿਵਿਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਅੱਜ ਤੂਰੀ ਕਾਰਨ ਬਿਲਕੁਲ ਖਾਸ ਤੇ ਬੜਾ ਹੀ ਅੱਡ ਵੈਸੇ ਤਾਂ ਇੱਕ ਕਿਤਾਬ ਪਿਆਰ ਨੂੰ ਬਹੁਤ ਖੂਬਸੂਰਤ ਢੰਗ ਦੇ ਨਾਲ ਡਿਫਾਈਨ ਕਰਦੀ ਆ ਤੇ ਮੈਨੂੰ ਉਹਦੀ ਇੱਕ ਲਾਈਨ ਬੜੀ ਪਸੰਦ ਆਉਂਦੀ ਆ ਕਿਸੇ ਦਾ ਪਿਆਰ ਪਵਨ ਨੂੰ ਪਲਾਂ ਕੋਈ ਕੀ ਨਹੀਂ ਕਰਦਾ ਉਹ ਪਰਬਤ ਭੋਰ ਦਿੰਦਾ ਹੈ ਉਰੀ ਜਾਂ ਹੀ ਨਹੀਂ ਕਰਦਾ ਬਾਈ ਟਿੱਕੇ ਕਿੱਥੇ ਬਹਿੰਦਾ ਜਿਹਨੂੰ ਪਿਆਰ ਹੋਵੇ ਕਿਸੇ ਨਾਲ ਪਰ ਇਹ ਬਾਈ ਨੂੰ ਪਿਆਰ ਬੜੀ ਖਤਰਨਾਕ ਚੀਜ਼ ਨਾਲ ਆ ਇਹਨੂੰ ਬਿਜਲੀ ਨਾਲ ਪਿਆਰ ਆ ਤੁਸੀਂ ਥੋੜਾ ਪਰਹੇਜ਼ ਰੱਖਿਓ ਪਰ ਬਾਈ ਨੂੰ ਬਹੁਤ ਪਿਆਰ ਆ ਮੈਂ ਤਾਂ ਕਰਕੇ ਬਾਈ ਦੇ ਕੋਲ ਆਇਆ ਸਾਡੇ ਦੋਸਤ ਵੀ ਆ ਇੰਟਰਵਿਊ ਦੇ ਵਿੱਚ ਸਿਖਾਇਆ ਜਾਂਦਾ ਨਾ ਵੀ ਸਾਨੂੰ ਵੀ ਕਿਸੇ ਨਾਲ ਐ ਨਹੀਂ ਕਹਿਣਾ ਵੀ ਉਹ ਬੰਦਾ ਮੈਨੂੰ ਜਾਣਦਾ ਮੈਂ ਤਾਂ ਹੁੱਬ ਕੇ ਕਹਿਣਾ ਵੀ ਬਾਈ ਮੈਨੂੰ ਤਾਂ ਜਾਣਦਾ ਯਾਰ ਠੀਕ ਹੋ ਬਾਈ ਹਾਂ ਸਸਰੀਕਰਵਾਜੀ ਜੈ ਸਿੰਘ ਤੂਰੀ ਜਾਂ ਕੱਕੜਵਾਲ 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 ਪਿੰਡ ਦਾ ਨਾ ਸੋਹਣਾ ਰਲਾ ਲੱਗਦਾ ਨਹੀਂ ਮੈਂ ਦੇਖੋ ਇਸ ਮਿੱਟੀ ਦਾ ਜੰਮਿਆ ਇਸ ਮਿੱਟੀ 'ਚ ਪਲਿਆ ਤਾਂ ਪਹਿਲ ਮੇਰੇ ਪਿੰਡ ਦੀ ਸੋ ਕਿਉਂਕਿ ਮੈਂ ਇਹੀ ਕਹਿੰਦਾ ਵੀ ਮੇਰਾ ਨਾਂ ਹਮੇਸ਼ਾ ਮੈਂ ਕਿਤੇ ਲਿਖ ਕੇ ਭੇਜਦਾ ਵੀ ਜੈ ਸਿੰਘ ਕੱਕੜਵਾਲ ਤੂਰੀ ਪਹਿਲਾਂ ਤਾਂ ਇਹ ਆ ਵੀ ਬਹੁਤ ਵੱਡਾ ਇੱਥੇ ਜਿਹੜੀ ਲੈਬ ਆ ਹੈਨਾ ਇੰਡੀਆ ਦੀ ਮੇਰੇ ਖਿਆਲ 'ਚ ਸਭ ਤੋਂ ਵੱਡੀ ਲੈਬ ਆ ਹੈਨਾ ਬਿਜਲੀ ਦੀ ਜੇ ਆਪਾਂ ਗੱਲ ਕਰ ਗਏ ਉਹਦੇ ਉਹਦੇ ਜਿਹੜੇ ਪ੍ਰਯੋਗ ਹੁੰਦੇ ਆ ਹਨਾ ਪ੍ਰਾਣੀਆਂ ਚੀਜ਼ਾਂ ਦੇ ਤੇ ਹੁਣ ਆਹ ਨਾਲ ਆਹ ਬੁੱਧੀ ਮੱਠ ਆਸੇ ਪਾਸੇ ਜੰਗਲ ਵੀਰੇ ਇੱਕ ਸਾਧ ਹੁੰਦੇ ਤੇਰੇ ਪੱਕੇ ਰਾਦੇ ਆ ਦੇਖੋ ਜੀ ਗੱਲਾਂ ਵੀ ਪਹਿਲੀ ਗੱਲ ਤੇ ਜਿਹੜੇ ਵਿਗਿਆਨੀ ਹੁੰਦੇ ਨੇ ਅਸਲ ਚ ਸਾਧ ਹੁੰਦੇ ਨੇ ਬੇਸ਼ੱਕ ਤੇ ਅਸੀਂ ਉਹਨਾਂ ਦੇ ਪੈਰੋਕਾਰ ਲੋਕ ਆ ਅਸੀਂ ਵਿਗਿਆਨੀ ਤਾਂ ਨਹੀਂ ਅਸੀਂ ਉਹਨਾਂ ਦੇ ਪੈਰੋਕਾਰ ਆ ਜੇ ਅਸੀਂ ਕਿਤੇ ਨਾ ਕਿਤੇ ਜਿਹੜਾ ਦੇਖੋ ਵਿਗਿਆਨ ਨੇ ਸਿੱਧੇ ਰੂਪ ਚ ਤਾਂ ਕਿਤੇ ਨਾ ਕਿਤੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੂੰ ਕਿਸੇ ਵੀ ਰੂਪ ਚ ਉਹਦੇ ਨੁਕਸਾਨੇ ਦਿੱਤਾ ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਵੀ ਠੀਕ ਹੈ ਜੇ ਅਸੀਂ ਨੁਕਸਾਨ ਰੁਪਈਆ ਨੁਕਸਾਨ ਕਰ ਵੀ ਦਿੱਤਾ 10 ਵੀ ਪੈਸੇ ਜਰ ਜਿੰਨਾ ਕੋ ਹੋ ਸਕਦਾ ਉਹ ਤਾਂ ਉਹਦੀ ਪਰਪਾਈ ਕਰੀਏ ਇਹ ਅਸੀਂ ਆਪਣੀ ਮੋਰਲ ਡਿਊਟੀ ਸਮਝਦੇ ਆ ਵੀ ਇਹਦੀ ਪਰਪਾਈ ਪਲੱਸ ਦੂਜੀ ਗੱਲ ਇਹ ਆ ਵੀ ਕਿਤੇ ਕਿਤੇ ਮੈਨੂੰ ਐ ਲੱਗਦਾ ਹੁੰਦਾ ਤੇ ਵੀ ਅਸੀਂ ਫੈਕਟਰੀ ਦਾ ਸੋਹਣਾ ਦਫ਼ਤਰ ਬਣਾ ਲਿਆ ਏਸੀ ਲਾ ਲਿਆ ਤੇ ਪਰਦੇ ਵੀ ਭਾਰੇ ਭਾਰੇ ਲਾ ਲਏ ਤੇ ਬਿਨਾ ਕਿਸੇ ਜੁਰਮ ਤੋਂ ਅਸੀਂ ਆਪਦੇ ਆਪ ਨੂੰ ਜੇਲ੍ਹ ਕਰ ਲਾ ਲੈਂਦੇ ਆ ਅੱਛਾ ਕਿੰਨੇ ਲਾਏ ਆ ਦਰਖਤ ਇਹ ਟੋਟਲ ਕਿੰਨੇ ਹੀ ਥਾ ਕਿੰਨੀ ਆ ਇਹ ਜਿਹੜੀ 3000 ਗੱਜ ਪਲੱਸ ਹੈ ਜੀ ਜਣ ਕੇ ਸਾਡੇ ਮਾਲਵੇਰੀਆ ਚ ਵਿੱਗਾ ਕਹਿੰਦੇ ਨੇ ਤਿੰਨ ਵਿੱਗੇ ਜ਼ਮੀਨ ਹੈ ਇਹ ਇਹਦੇ ਵਿੱਚ 1050 ਦਰਖਤ ਨੇ ਇਹਦੇ ਵਿੱਚ 63 ਬਾਹੜ ਤੋਂ 63 ਵੈਰਾਈਟੀਆਂ ਦੇ ਲਗਭਗ ਨੇ ਅਲੱਗ ਅਲੱਗ ਜਣ ਕੇ ਬਹੁਤ ਸਾਰੀਆਂ ਵੈਰਾਈਟੀਆਂ ਆਈਆਂ ਜੀ ਇਹਨੇ ਵੀ ਜਿਹੜੀਆਂ ਆਪਦੇ ਮੈਂ ਜ਼ਿੰਦਗੀ ਚ ਕਦੇ ਦੇਖੀ ਹੀ ਨਹੀਂ ਤੇ ਸਾਨੂੰ ਇਹ ਜਿਹੜਾ ਬਲਵਿੰਦਰ ਸਿੰਘ ਲਖੇਵਾਲੀ ਨੇ ਪੀਏਯੂ ਤੋਂ ਉਹਨਾਂ ਦੇ ਰਹਿਨਮਾਈ ਹੇਠ ਸਾਰਾ ਪਲਾਨ ਹੋਇਆ ਸੀ ਉਹਨਾਂ ਨੇ ਸਾਰੇ ਫਿਰ ਦਰਖਤਾਂ ਦਾ ਨਾਮ ਦੱਸੇ ਜਿੱਥੋਂ ਸਾਨੂੰ ਲੱਭੇ ਅਸੀਂ ਲਿਆਂਦੇ ਤੇ ਉਹ ਹੋਰ ਪਿਛਲੇ ਸਾਲ ਇਹ ਪਲਾਂਟੇਸ਼ਨ ਹੋਈ ਸੀ ਮੈਂ ਨਾ ਦੋਨੇ ਚੀਜ਼ਾਂ ਚ ਬੈਲੈਂਸ ਰੱਖੂੰਗਾ ਇੱਕ ਤਾਂ ਪਰਲਾ ਸਵਾਲ ਪਰਲੇ ਪਾਸੇ ਵਾਲਾ ਹੈ ਤਾਂ ਇਕੱਠਾ ਹੀ ਪਰ ਹਨਾ ਉਹ ਵੀ ਪੁੱਛ ਲਿਆ ਕਰੂੰਗਾ ਨਹੀਂ ਇਹ ਬਿਜਲੀ ਨਾਲ ਪਿਆਰ ਦੀ ਕਹਾਣੀ ਵੀ ਦੱਸ ਦਿਓ ਹੁਣ ਕਿਉਂਕਿ ਆ ਦੋਨੇ ਚੀਜ਼ਾਂ ਨਾਲ ਹੀ ਚੱਲਣਗੀਆਂ ਜੈਸ ਸਿੰਘ ਕੱਕੜਾਲ ਨੂੰ ਕਦੇ ਵੀ ਇੱਕ ਪੱਖ ਤੋਂ ਤਾਂ ਦੇਖਿਆ ਨਹੀਂ ਜਾ ਸਕਦਾ ਹੁਣ ਆ ਲੱਖਾਂ ਰੁਪਏ ਦੀ ਥਾਂ ਲੈ ਕੇ ਇਹਦੇ ਚ ਦਰਖਤ ਲਾਤੇ ਮਤਲਬ ਇਹ ਇਹਦੇ ਪਿੱਛੇ ਸਮਝਦਾ ਵੀ ਜਿਹੜੇ ਇਹ ਦਰਖਤ ਲੱਗੇ ਨੇ ਇਹ ਜਗ੍ਹਾ ਲੈਣ ਦੀ ਸਾਡੇ ਕੋਈ ਔਕਾਤ ਨਹੀਂ ਇਹ ਤਾਂ ਜਿਵੇਂ ਬਾਬਾ ਨਾਨਕ ਨੇ ਕਹੇ ਤਾਂ ਮਿੱਟੀ ਹੈ ਠੀਕ ਹੈ ਨਾ ਜਿਉਂਦਿਆਂ ਨੂੰ ਹੀਟ ਹੈ ਤੇ ਮਰਿਆਂ ਦੇ ਉੱਤੇ ਹੋ ਜਾਣੀ ਇਹ ਕਿਹਦੀ ਹੋਈ ਇਹ ਸਾਡੀ ਨਹੀਂ ਹੋ ਸਕਦੀ ਅਸੀਂ ਇਹਦੇ ਹੋ ਸਕਦੇ ਹਾਂ ਤੇ ਇੱਥੇ ਬਸ ਇਹੀ ਕੋਸ਼ਿਸ਼ ਸੀ ਵੀ ਅਸੀਂ ਕੁਦਰਤ ਨਾਲ ਵੀ ਜੁੜੇ ਰਹੀਏ ਜਿ세 ਵਿਗਿਆਨ ਨਾਲ ਜੁੜੇ ਤਾਂ ਕੁਦਰਤ ਪਹਿਲਾਂ ਜ਼ਰੂਰੀ ਹੈ ਮਿੱਟੀ ਬਾਰੇ ਵਾਕੀ ਬਾਬਾ ਫਰੀਦ ਸਹੀ ਕਹਿ ਕੇ ਗਏ ਆ ਹਨਾ ਗੱਲ ਨੂੰ ਤੇ ਬਾਈ ਆ ਇੱਕ ਇਹ ਵੀ ਆ ਵੀ ਉਹ ਬਿਜਲੀ ਵਾਲਾ ਪਿਆਰ ਉਹ ਤੇ ਵੀ ਆਪਾਂ ਕਰਗੇ ਥੋੜੀ ਜੀ ਗੱਲ ਪਹਿਲਾਂ ਵੀ ਇੰਟਰਵਿਊਸ ਚ ਕਰਦੇ ਨੇ ਬਿਜਲੀ ਵਾਲਾ ਪਿਆਰ ਇਹ ਹੈ ਜੀ ਬਿਜਲੀ ਦਾ ਮੈਂ ਕਹਿਲਾਂ ਵੀ ਇਹ ਸਾਡੇ ਇਸ ਟਾਈਮ ਸਾਡੀ ਸ਼ਾਰਗ ਹੋ ਗਈ ਇੱਕ ਪਾਸੇ ਅਸੀਂ ਸੋਚਦੇ ਹਾਂ ਵੀ ਜੇ ਘੜੀ ਦੀ ਘੜੀ ਸਾਡਾ ਬਲੱਡ ਵੀ ਘਟ ਜੇ ਸਾਡਾ ਕੋਈ ਅੰਗ ਵੀ ਫੇਲ ਹੋ ਜੇ ਤਾਂ ਸ਼ਹਿਰ ਗੁਜ਼ਾਰਾ ਹੋ ਜੇ ਪਰ ਜੇ ਬਿਜਲੀ ਫੇਲ ਹੋ ਗਈ ਤਾਂ ਗੁਜ਼ਾਰਾ ਨਹੀਂ ਹੋਣਾ ਜਮਾ ਹੀ ਨਹੀਂ ਹੁੰਦਾ ਬਾਈ ਇਸ ਕਰਕੇ ਫਿਰ ਜਿਹੜੀ ਚੀਜ਼ বিনা ਗੁਜ਼ਾਰੇ ਨਹੀਂ ਹੁੰਦਾ ਫਿਰ ਉਹਨੂੰ ਕਿਉਂ ਨਾ ਯਾਰ ਪਿਆਰ ਨਾਲ ਟਰੀਟ ਕਰ ਲਿਆ ਜਾਵੇ ਮੈਂ ਨਾ ਅੱਜ ਸਿਮਰਨ ਨੂੰ ਜਿਹੜੇ ਆਪਣੇ ਨਾਲ ਨੇ ਬਾਈ ਹੈ ਨਾ ਇਹਨਾਂ ਨੂੰ ਮੈਂ ਦੱਸੀ ਜਾਂਦਾ ਸੀ ਮੈਂ ਸੰਤੂ ਸਾਹਿਬ ਗੱਲ ਆਏ ਆ ਵੀ ਉਹ ਬੰਦਾ ਹੁਣ ਨੂੰ ਬਿਜਲੀ ਦੇ ਨਾਲ ਇਸ ਢੰਗ ਨਾਲ ਸਮਝਾਓ ਬੀਲੀ ਵਾਰ ਵੀ ਤੁਹਾਨੂੰ ਲੱਗੂ ਵੀ ਬੀਲੀ ਰੋਮਾਂਟਿਕ ਜੀ ਹੁੰਦੀ ਐ ਇਹ ਛਾਟ ਗਾਣੂ ਮਾਰਦੀ ਐ ਇਹ ਤਾਂ ਕੋਈ ਸ਼ੱਕ ਨਹੀਂ ਐ ਛਾਟ ਤਾਂ ਕੋਈ ਵੀ ਮਾਰਦਾ ਤੁਸੀਂ ਕਿਸੇ ਨਾਲ ਮਿਸ ਬਿਹੇਵੀਅਰ ਕਰੋਗੇ ਤਾਂ ਥੋੜੇ ਛਾਟੇ ਮਾਰੂਗਾ ਬੰਦਾ ਵੀ ਮਾਰੂ ਜਾਨਵਰ ਵੀ ਕਦੇ ਕਦੇ ਸਿੰਘਾਂ ਤੇ ਚੱਕ ਲਾਂਦਾ ਦਲੱਤਾ ਵੀ ਮਾਰਦਾ ਤੇ ਉਹ ਕਿਉਂ ਨਹੀਂ ਮਾਰੂ ਉਹਦਾ ਵੀ ਹੱਕ ਬਣਦਾ ਪਰ ਜਿੰਨੇ ਪਿਆਰ ਨਾਲ ਬੀਲੀ ਰੱਖਦੀ ਐ ਦੁਨੀਆਂ ਤੇ ਕਿਹੜੀ ਚੀਜ਼ ਰੱਖ ਲੋਗੇ ਥੋੜੀ ਹਰ ਸੁੱਖ ਸਹੂਲਤ ਨੂੰ ਥੋੜੇ ਮੂਰੇ ਹਾਜ਼ਰ ਵਿਚੱਕ ਜੋ ਕੁਛ ਮੰਗ ਸੇ ਤੁਹਾਡੇ ਮੂਰੇ ਹਾਜ਼ਰ ਜੇ ਫਿਰ ਫਿਰ ਵੀ ਬੰਦਾ ਉਹਦੇ ਨਾਲ ਕੋਈ ਬਦਤਮੀਜ਼ੀ ਕਰਦਾ ਹੈ ਜਾਂ ਫਿਰ ਤਾਂ ਮਾਰਨ ਉਹਦਾ ਜਾਇਜ ਹੈ ਫਿਰ ਅਹੀ ਦੀ ਟੀ ਨਾਲ ਕਿਉਂ ਨਾ ਪਿਆਰ ਹੋਵੇ ਠੀਕ ਹੈ ਜੀ ਤੇ ਇਹ ਵੀ ਬਾਈ ਨਾਲ ਨਾਲ ਆਪਾਂ ਤੋਰ ਕੇ ਗੱਲ ਦੀ ਪਰ ਪਿਆਰ ਠੀਕ ਆ ਇਹ ਪਿਆਰ ਪ੍ਰੋਫੈਸ਼ਨਲ ਕਿਵੇਂ ਹੋ ਗਿਆ ਇੰਨਾ ਵੀ ਹਨਾ ਇੱਥੇ ਪਿੰਡ ਚ ਇੰਡੀਆ ਦੀ ਐਡੀ ਤਕੜੀ ਲੈਬ ਖੜੀ ਗਈ ਉਹਦੇ ਪਿੱਛੇ ਕਾਰਨ ਨਵਰੀ ਤੇ ਸੀ ਵੀ ਸਾਡੇ ਹੋਰ ਜਾਣੇ ਇਸ ਟਾਈਮ ਜਿਹੜੀਆਂ ਮੌਤਾਂ ਨੇ ਆਣਾਆਂ ਮੌਤਾਂ ਜਿਹਨੂੰ ਅਸੀਂ ਕਹਿ ਲਿਆ ਜਾਵੇ ਉਹ ਹੋ ਰਹੀਆਂ ਨੇ ਲੈਬਨੌਲ ਦਾ ਹੋਰ ਕੋਈ ਮਕਸਦ ਨਹੀਂ ਸੀ ਮੇਰਾ ਦੋ ਹੀ ਮਕਸਦ ਮੈਂ ਰੱਖੇ ਤੇ ਪਹਿਲੀ ਗੱਲ ਬੱਚਿਆਂ ਨੂੰ ਰੋਜ਼ਗਾਰ ਤੇ ਪਹੁੰਚਾਉਣਾ ਤੇ ਦੂਜਾ ਇਹਦੇ ਵਿੱਚ ਇੱਕ ਬੜਾ ਵੱਡਾ ਭੈਣ ਆਉਂਦਾ ਵੇਹਲੀ ਦਾ ਕੰਮ ਸਿੱਖਣਾ ਸਿਖਾਉਣ ਪਿੱਛੇ ਥੋੜਾ ਹੋਰ ਇਹਨੂੰ ਵੀ ਹੋ ਜੋ ਮਾੜਾ ਆ ਅੱਜ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਮਸ਼ੀਨਰੀ ਖਰੀਦ ਲਓ ਛੋੜਾ ਦਿਲ ਇੱਕ ਗਲਤੀ ਧੜਕਦਾ ਹੁੰਦਾ ਕਿਤੇ ਯਾਰ ਮਕੈਨਿਕ ਕੋਲੇ ਨਾ ਜਾਣਾ ਪੈ ਜੇ ਹਾਂ ਸਤਿਆਨਾਸ਼ ਕਰ ਦੋ ਤੇ ਅਸੀਂ ਹੁਣ ਜਵਾਕਾਂ ਨੂੰ ਇਹਨੂੰ ਟ੍ਰੇਨਿੰਗ ਦੇ ਰਹੇ ਹਾਂ ਲੋਕਾਂ ਨੂੰ ਵੀ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਚੀਜ਼ਾਂ ਕਿਵੇਂ ਸੰਭਾਲਣੇ ਨੇ ਫ੍ਰਿਜ ਏਸੀ ਕਿਵੇਂ ਸੰਭਾਲਣੇ ਨੇ ਮਸ਼ੀਨਾਂ ਕਿਵੇਂ ਸੰਭਾਲਣੀਆਂ ਨੇ ਏਸੀ ਤੇ ਤਾਂ ਤੁਹਾਡੀ ਸੀਰੀਜ਼ ਤੇ ਫ੍ਰਿਜ ਤੇ ਉਹ ਬੜੀ ਫੇਮਸ ਆ ਹਨਾ ਹਾਂ ਚੱਲ ਲਈ ਪਹਿਲਾਂ ਉਹ ਉਹਦੇ ਪਿੱਛੇ ਸਾਡਾ ਮਕਸਦ ਹੈ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਸਾਰੇ ਲੋਕ ਮਰੀਜ਼ੇ ਹੋ ਜਾਣ ਦਵਾਈ ਲੈਣੀ ਸ਼ੁਰੂ ਕਰ ਦੇਣ ਅਸੀਂ ਚਾਹੁੰਦੇ ਵੀ ਜਿਸ ਹੱਦ ਤੱਕ ਤੁਸੀਂ ਆਪਣੀ ਚੀਜ਼ ਨੂੰ ਸੰਭਾਲ ਸਕਦੇ ਹੋ ਸੰਭਾਲੋ ਪਰ ਜੇ ਮਕੈਨਿਕ ਦੀ ਲੋੜ ਪੈਗੀ ਤਾਂ ਮਕੈਨਿਕ ਨੂੰ ਵੀ ਟ੍ਰੇਨਡ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਕਿਸੇ ਚੀਜ਼ ਦਾ ਸਤਿਆਨਾਸ਼ ਨਾ ਕਰ ਦੇ ਉਹਦੀ ਆਸਾਂ ਤੇ ਖਰਾ ਉਤਰੇ ਕਿਉਂਕਿ ਜੇ ਅੱਜ ਡਾਕਟਰ ਸਾਨੂੰ ਗਲਤ ਦਵਾਈ ਦੇ ਦੇ ਜਾਂ ਗਲਤ ਆਪਰੇਸ਼ਨ ਕਰ ਦੇ ਮੇਰੇ ਖਿਆਲ ਨਾਲ ਦੁੱਖ ਹੁੰਦਾ ਹੈ ਠੀਕ ਹੈ ਮੈਨੂੰ ਡਾਕਟਰ ਤੱਕ ਜਾਣਾ ਸਾਡੀ ਮਜਬੂਰੀ ਹੈ ਪਰ ਡਾਕਟਰ ਦਾ ਪ੍ਰੋਫੈਸ਼ਨਲ ਹੋਣਾ ਵੀ ਜ਼ਰੂਰੀ ਹੈ ਤਾਂ ਉਸ ਨੂੰ ਮੁੱਖ ਰੱਖ ਕੇ ਜਿਹੜੀ ਇਹ ਸਾਰੀ ਲੈਬ ਤਿਆਰ ਹੋਈ ਹੈ ਵੀ ਅਸੀਂ ਬੱਚਿਆਂ ਨੂੰ ਬੱਚੀਆਂ ਨੂੰ ਲੜਕੀਆਂ ਵੀ ਨੇ ਅਸੀਂ ਇਹਨਾਂ ਨੂੰ ਪੂਰੀ ਟ੍ਰੇਨਿੰਗ ਦੇ ਦਿੱਤੀ ਹੈ ਵੀ ਨਹੀਂ ਕਿਸੇ ਦਾ ਖਰਾਬ ਨਹੀਂ ਕਰਨਾ ਉਹਦੇ ਬਾਰੇ ਸਮਝ ਲਓ ਕੀ ਹੈ ਕੀ ਨਹੀਂ ਅਣਜਾਣੇ ਜੀ ਬੰਦਾ ਨੁਕਸਾਨ ਕਰਦਾ ਜਾਣ ਬੁੱਝ ਕੇ ਨਹੀਂ ਕਰਦਾ ਪਰ ਪ੍ਰੋਫੈਸ਼ਨਲ ਬੰਦੇ ਕਿਸੇ ਇਹ ਨਹੀਂ ਕਦੇ ਵੀ ਸੋਚ ਸਕਦੇ ਵੀ ਯਾਰ ਪਿੰਗਲਵਾੜੇ ਚੋਂ ਬੱਚੇ ਲਿਆ ਕੇ ਆਪਾਂ ਉਹਨਾਂ ਨੂੰ ਵੀ ਸਖਾਦਗੇ ਤਾਂ ਕਿਸੇ ਪਿਆਰ ਕਰਨ ਵਾਲੇ ਜਿਹੜਾ ਬੰਦਾ ਕਰਦਾ ਉਸੇ ਦੀ ਆ ਜਿੱਥੇ ਤੱਕ ਪਿੰਗਲਵਾੜੇ ਦੀ ਦਾ ਸਵਾਲ ਹੈ ਅਸੀਂ ਅਸੀਂ ਵੀ ਉਹਨਾਂ ਦੇ ਬੱਚੇ ਹਾਂ ਉਹ ਸਾਡੇ ਛੋਟੇ ਭੈਣ ਭਾਈ ਨੇ ਜਿਹੜੇ ਸਾਡੇ ਕੋਲੇ ਆਏ ਤੇ ਬੀਬੀ ਜੀ ਦੀ ਛਤਰ ਛਾਇਆ ਉਹਨਾਂ ਨਾਲ ਜਿਸੀਂ ਰੰਗਾਂ ਦੇ ਵਿੱਚ ਆ ਉਹਨਾਂ ਦੇ ਅਸ਼ੀਰਵਾਦ ਨੇ ਅਸੀਂ ਇਸ ਮਕਾਮ ਤੱਕ ਪਹੁੰਚ ਰਹੇ ਹਾਂ ਉਹ ਕਿਸੇ ਦੇ ਕੋਈ ਆਸਾਨ ਨਹੀਂ ਹੈ ਉਹ ਉਹਦਾ ਅਸੀਂ ਉਹਨਾਂ ਦਾ ਕਰਜ਼ਾ ਵੀ ਨਹੀਂ ਮੋੜ پا ਰਹੇ ਆ ਜਿਹੜਾ ਕੁਝ ਤੁਸੀਂ ਅੱਜ ਦੇਖ ਰਹੇ ਹੋ ਇਹ ਭਗਤ ਜੀ ਦੀ ਦੇਣ ਤਾਂ ਹੈ ਬੱਤ ਜੀ ساری ਉਮਰ ਰੌਲਾ ਪਾਉਂਦੇ ਰਹੇਗੇ ਵੀ ਦਰਖਤ ਲਾਓ ਦਰਖਤ ਲਾਓ ਕੁਦਰਤ ਨੂੰ ਨਾ ਨੁਕਸਾਨ ਬਚਾਓ ਤੇ ਅਸੀਂ ਹੁਣ ਕਿਤੇ ਨਾ ਕਿਤੇ ਤਾਂ ਉਹਨਾਂ ਦੀ ਆਵਾਜ਼ ਸਾਡੇ ਜ਼ਿਹਨ ਚ ਗੂੰਜਦੀ ਹੈ ਵੀ ਜਿਆਦਾ ਨਹੀਂ ਉਹਨਾਂ ਜਿੰਨਾ ਤਾਂ ਕਰ ਸਕਣਾ ਕੋਈ ਨੇੜੇ ਤੇੜੇ ਵੀ ਨਹੀਂ ਹੈ ਪਰ ਅਸੀਂ ਕੁਝ ਕੋਸ਼ਿਸ਼ਾਂ ਤਾਂ ਕਰੇ ਸਕਦੇ ਹਾਂ ਜਣੌਰ ਆਉਣ ਲੱਗੇ ਕਿ ਹਜੇ ਲੱਗੂ ਟਾਈਮ ਨਹੀਂ ਪੰਛੀ ਆਉਣ ਲੱਗੇ ਜੀ ਅੱਛਾ ਹਾਂਜੀ ਹਾਲਾਂਕਿ ਬੂਟੇ ਛੋਟੇ ਨੇ ਪਰ ਸਭ ਤੋਂ ਪਹਿਲਾਂ ਇਹ ਦੇਖੀ ਪੂਰੀਆਂ ਗਰਮੀਆਂ ਚ ਪਹਿਲਾਂ ਇੱਥੇ ਟ੍ਰਟੀਰੀਆ ਨੇ ਉਹਦੇ ਬੱਚੇ ਦਿੱਤੇ ਅਸੀਂ ਉਹਨਾਂ ਦੇ ਕੋਲ ਦੇ ਨਹੀਂ ਸੀ ਲੰਘਦੇ ਰੋਲਾ ਬਹੁਤ ਪਾਉਂਦੀਆਂ ਸੀ ਅਸੀਂ ਦੂਰ ਹੋ ਕੇ ਨਿਕਲਦੇ ਰਹੇ ਵੀ ਨਹੀਂ ਇਹ ਸਾਡੇ ਪਹਿਲੇ ਮਹਿਮਾਨ ਨੇ ਇਹਦੇ ਵਿੱਚ ਸਾਰਾ ਦਿਨ ਸਾਡੇ ਪਾਲਤੂ ਮੁਰਗੀਆਂ ਰੱਖੀਆਂ ਹੋਈਆਂ ਨੇ ਉਹ ਘੁੰਮਦੀਆਂ ਨੇ ਉਹ ਇਥੋਂ ਜਿਹੜਾ ਫालतੂ ਕੋਈ ਸੁੰਡੀ ਕੀੜਾ ਮਕੜਾ ਉਹ ਚੂਹਦੇ ਰਹਿੰਦੇ ਨੇ ਆਟੋਮੈਟਿਕ ਪੈਸਟੀਸਾਈਡ ਇਕਦੁੱਤ ਦਾ ਹੈ ਇਹ ਸਹੀ ਆ ਭਾਈ ਹਨਾ ਇਹ ਜਿਹੜਾ ਨੇਚਰਲ ਸਿਸਟਮ ਹੀ ਇਹ ਆ ਨੇਚਰਲ ਸਿਸਟਮ ਹੈ ਸਾਡੇ ਉਹ 10-12 ਮੁਰਗੀਆਂ ਨੇ ਮੇਰੇ ਖਿਆਲ ਨਾਲ ਸਾਨੂੰ ਇੱਥੇ ਅਸੀਂ ਵਿੱਚ ਕੁਝ ਖਾਣ ਵਾਲੀਆਂ ਚੀਜ਼ਾਂ ਬੀਜ ਲਾਣੇ ਆ ਉੱਥੇ ਸਾਨੂੰ ਕਦੇ ਵੀ ਸਪਰੇਅ ਮਾਰਨ ਦੀ ਲੋੜ ਨੋਤ ਨਹੀਂ ਆਈ ਉਹ ਕੀੜੇ ਵੀ ਖਾਲਾ ਦੀਆਂ ਨੇ ਤੇ ਵਿੱਚ ਰੇ ਵੀ ਪਾ ਜਾਂਦੀਆਂ ਨੇ ਸਾਰਾ ਕੰਮ ਇਕੱਠਾ ਕਰਦੇ ਆਪਣੇ ਨਾ ਇੱਥੇ ਸੂਰਤਗੜ ਕੋਲੇ ਆ ਜੀ ਭਾਈ ਘੱਲ ਨੇ ਉਹ ਕਹਿੰਦੇ ਆ ਕਹਿੰਦੇ ਵੀ ਜਿੱਥੇ ਕੀੜੀਆਂ ਆ ਗਈਆਂ ਉੱਥੇ ਤੇਲਾ ਨਹੀਂ ਪੈਣ ਦਿੰਦੀਆਂ ਇਹ ਤਾਂ ਕੁਦਰਤੀ ਸਿਸਟਮ ਹੈ ਨਾ ਕਿੰਨਾ ਸੋਹਣਾ ਯਾਰ ਹੋਰ ਦੇਖੋ ਮੁਰਗੀ ਕੀੜੇ ਨੂੰ ਕੀੜੀ ਨੂੰ ਨਹੀਂ ਚੱਕਦੀ ਸਿਉਖ ਨੂੰ ਨਹੀਂ ਛੱਡਦੀ ਅੱਛਾ ਹਾਂਜੀ ਸਿਉਖ ਸਾਡੇ ਲੱਬ ਲੱਬ ਖਾ ਜਾਂਦੀਆਂ ਨੇ ਮਜਾ ਆ ਲੇ ਕਿਦੈ ਸਿਉਖ ਦਾ ਸਾਨੂੰ ਦਿਖ ਜੇ 10 ਦਿਨ ਮੁਰਗੀਆਂ ਨਾ ਆਉਣ ਕਿਸੇ ਵਾਰ ਸਿਉਖ ਦਿਖ ਜੇ ਮੁਰਗੇ ਆ ਜਾਣ ਘੰਟੇ ਬਾਅਦ ਹੈ ਨਹੀਂ ਇਹ ਕੁਦਰਤ ਦਾ ਤਵਾਜਨਾ ਹੈ ਇਹ ਤਾਂ ਹੈ ਨੇ ਬੈਲੈਂਸ ਰੱਖਣਾ ਹੈ ਨਾ ਕਿਵੇਂ ਕਿੱਥੋਂ ਬਣਾਉਣਾ ਤੇ ਢਾਉਣਾ ਇਹ ਤਾਂ ਬਾੜੀਆਂ ਖੇਡਾਂ ਹੁਣ ਅਸੀਂ ਇਸ ਕੋਸ਼ਿਸ਼ ਚ ਵੀ ਇੱਥੇ ਅਸੀਂ ਕੁਝ ਦੋ ਪਾਏ ਹੋਰ ਲੈ ਕੇ ਆਈਏ ਜਿਵੇਂ ਕੋਈ ਬਤਖਾਂ ਨੇ ਚਕੌਰ ਨੇ ਈਮੂ ਨੇ ਤੇ ਉਥੇ ਰੰਗ ਲੱਗੇ ਰਹੇਦਾ ਉੱਪਰਲੇ ਪੰਛੀ ਆਪੇ ਆ ਜਾਣਗੇ ਹੁਣ ਦਰਖਤ ਬਥੇਰੇ ਨੂੰ ਨਾ ਵਾਸਤੇ ਆ ਜਿਹੜਾ ਤਾਂ ਬਣਾਇਆ ਭਾਈ ਇਹ ਜੀ ਆ ਹਰਾ ਜਾ ਮਾਠ ਇਹਦਾ ਕੀ ਕਰਨਾ ਮੇਰੇ ਭਰਾ ਦਾ ਕਿਤੇ ਜੋਗੀ ਜੋਗੀ ਮੈਂ ਆਵਾਂ ਕਿਤੇ ਉਹ ਪਹਿਲੇ ਗੇੜ ਚ ਵੀ ਹਾਂ ਤਾਂ ਅਸੀਂ ਲੋਕ ਜੋਗੀ ਆ ਪਰ ਇਹਦੇ ਪਿੱਛੇ ਮੈਂ ਸਹੀ ਗੱਲ ਪੁੱਛਦਾ ਵੀ ਪਿਛਲੇ ਸਾਲ ਇੱਕ ਚੀਜ਼ ਪੜ੍ਹੀ ਵੀ ਪਿਛਲੇ ਸਾਲ ਦਿੱਲੀ 'ਚ ਇੰਨਾ ਪੋਲਿਊਸ਼ਨ ਸੀ ਵੀ ਉੱਥੇ ਆਕਸੀਵਾਰ ਨਾਮ ਦੀਆਂ ਦੁਕਾਨਾਂ ਖੁੱਲੀਆਂ ਹਾਂ 200 ਰੁਪਏ ਘੰਟਾ ਤੇ ਮੈਂ ਸੋਚਿਆ ਵੀ ਆਪਾਂ ਯਾਰ ਆਪਣੇ ਘਰੇ ਮੁਫਤ ਦੀ ਆਕਸੀਜਨ ਹੈ ਆਪਾਂ ਇਹ ਵੀ ਨਹੀਂ ਲੈ ਸਕਦੇ ਤਾਂ ਅਸੀਂ ਜਿਹੜਾ ਇਹ ਮਠ ਬਣਾਇਆ ਇਹ ਜ਼ਮੀਨ ਤੋਂ 17 ਫੁੱਟ ਉੱਚਾ ਹੈ ਤੇ ਇਹ ਜਿਹੜੇ ਦਰਖਤ ਲੱਗੇ ਨੇ ਇਹਨਾਂ ਦੀ ਐਵਰੇਜ ਜਿਹੜੀ ਉਚਾਈ ਹੈ ਉਹ 30 ਤੋਂ 35 ਫੁੱਟ ਜਾਏਗੀ ਕਿਉਂਕਿ ਹਲੇ ਨੋ ਨਾ ਤੁਸੀਂ ਇਹਨਾਂ ਨੂੰ ਲੱਗਿਆ ਨੂੰ ਹੋਏ ਨੇ ਉਹ ਜਿਹੜੀ ਉਚਾਈ ਜਾਏਗੀ ਇਹ ਜਿਹੜਾ ਪੂਰਾ ਇਹ ਕਮਰਾ ਬਣਿਆ ਹੋਇਆ ਹੈ ਇਹ ਦਰਖਤਾਂ ਦੇ ਵਿੱਚ ਹੀ ਸਮਾ ਜਾਊਗਾ ਟਾਕ ਲੂ ਪੂਰਾ ਹੈ ਵਿੱਚ ਟਾਕ ਲੂਗਾ ਇਹ ਕਮਰੇ ਦੇ ਸਾਰੇ ਪਾਸੇ ਵੈਂਟ ਲੱਗੇ ਹੋਏ ਨੇ ਹੇਠਾਂ ਗਰਾਊਂਡ ਤੇ ਉੱਥੋਂ ਸਾਰੀ ਹਵਾ ਕਰਾਸਿੰਗ ਹੁੰਦੀ ਹੈ ਸਵੇਰੇ ਸਵੇਰੇ ਇੰਨੀ ਖੁਸ਼ਬੂ ਆ ਰਹੀ ਹੈ ਅੱਜ ਕੱਲ੍ਹ ਮਹਿੰਦੀ ਦੇ ਫੁੱਲ ਖਿੜੇ ਨੇ ਬੜੀ ਖੁਸ਼ਬੂ ਆਉਂਦੀ ਹੈ ਰਾਤ ਦੀ ਰਾਣੀ ਦੀ ਰਾਤ ਨੂੰ ਖੁਸ਼ਬੂ ਆਉਂਦੀ ਹੈ ਤੇ ਉਹ ਸਾਰਾ ਖਸ਼ਬੂਰ ਵਾਲੇ ਭਰਿਆ ਰਹਿੰਦਾ ਹੋਰ ਸਾਨੂੰ ਕੀ ਚਾਹੀਦਾ ਯਾਰ ਅਸੀਂ ਅਗਰਵਤੀਆਂ ਜਾਲ ਜਾਲ ਨਾ ਸੰਖਰਾਬ ਕਰੀ ਜਾਂਦੇ ਆ ਇੱਥੇ ਕੁਦਰਤ ਨੇ ਡਾਡਾ ਸਿਸਟਮ ਸਾਨੂੰ ਦੇ ਰੱਖਿਆ ਉਹ ਦਾ ਮਕਸਦ ਹੀ ਉਹਦਾ ਮਤਲਬ ਇੱਕ ਸ਼ਾਂਤੀ ਮਠ ਹੈ ਕੋਈ ਸ਼ੱਕ ਨਹੀਂ ਹੈ ਮੈਂ ਮੇਰੇ ਕੋਲ ਜਿੰਨੇ ਵੀ ਸਾਡੇ ਇੰਡਸਟਰੀਅਲ ਦੋਸਤ ਆਏ ਇੰਡਸਟਰੀਲਿਸਟ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਅਸੀਂ ਕੁਦਰਤ ਦਾ ਘਾਣ ਕੀਤਾ ਯਾਰ ਕੁਸਤਾ ਸਮਾਰ ਲਓ ਆਪਦੇ ਵਾਸਤੇ ਸਮਾਰ ਲਓ ਕੁਦਰਤ ਵਾਸਤੇ ਨਾ ਸਮਾਰੋ ਆਉਂਦਾ ਹੀ ਐਨੇ ਸਾਫ਼ ਵਾਤਾਵਰਣ ਚ ਰਹਾਂਗੇ ਐਨੀ ਸ਼ੁੱਧ ਆਕਸੀਜਨ ਚ ਰਹਾਂਗੇ ਅੱਜ ਫੈਕਟਰੀ ਆਕਸੀਜਨ ਨਾਲ ਭਰੀ ਰਹਿੰਦੀ ਹੈ ਖੁਸ਼ਬੂ ਰਾਤ ਦੀ ਰਾਣੀ ਦੀ ਭਰੀ ਰਹਿੰਦੀ ਹੈ ਰਾਤ ਨੂੰ ਅੰਦਰ ਢੜਕੇ ਧੂਫਲਾਉਣ ਦੀ ਲੋੜ ਨਹੀਂ ਪੈਂਦੀ ਸਾਰੀ ਫੈਕਟਰੀ ਮਹਿਕ ਉੱਠਦੀ ਹੈ ਅਹ ਹਿਤਾ ਕੁਦਰਤ ਦੇ ਨੂੰ ਸਭ ਤੋਂ ਵੱਡੀ ਤੂਫਾ ਹੈ ਹਨਾ ਬਾਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਹਨਾ ਕੁਝ ਰਹਿ ਗਿਆ ਹੋਵੇ ਤਾਂ ਮਤਲਬ ਫਿਰ ਹਨਾ ਬਾਈ ਅਸਾ ਬਾਈ ਨਾ ਕੰਮ ਬਹੁ ਕਰਦਿਆ ਮੀਨ ਮਲਕ ਸਾਹਿਬ ਦੀਆਂ ਜਿਹੜੀਆਂ ਕਿਤਾਬਾਂ ਤੇ ਬਾਈ ਦਾ ਕੰਮ ਆ ਹਨਾ ਤਾਂ ਮੈਨੂੰ ਬਾਈ ਨੇ ਵਿਆਹ ਦਾ ਤੋਹਫਾ ਹੀ ਆ ਦਿੱਤਾ ਸੀਗਾ ਕਿਤਾਬਾਂ ਦੇਖੋ ਜੀ ਉਹਨਾਂ ਦੇ ਬਰਾਬਰ ਕੀ ਅਸੀਂ ਦੇਣ ਦੇ ਕਾਬਿਲ ਨਹੀਂ ਅਸੀਂ ਤਾਂ ਲੋਕ ਟ੍ਰਾਂਸਫਰੇ ਕਰ ਸਕਦੇ ਹਾਂ ਦਿੱਤਾ ਤਾਂ ਉਹਨਾਂ ਨੇ ਜਿਨ੍ਹਾਂ ਨੇ ਉਹ ਚੀਜ਼ਾਂ ਕ੍ਰੀਏਟ ਕੀਤੀ ਆ ਬਿਲਕੁਲ ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਨੂੰ ਕਿ ਉਹ ਜੀ ਲੱਗੀ ਇਹ ਵੀਡੀਓ ਜ਼ਰੂਰ ਦੱਸਿਓ ਤੇ ਕੀ ਕੁਝ ਸਿੱਖਣ ਨੂੰ ਮਿਲਿਆ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਧੰਨਵਾਦ ਜੀ